ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਬੈਕ ਟੂ ਸ਼ੇਡਸ ਬਾਈ ਦਿਲਜੋਤ ਯੂਟਿਊਬ ਚੈਨਲ ਤੁਹਾਡੇ ਸਾਰਿਆਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਮੇਰੇ ਯੂਟਿਊਬ ਚੈਨਲ 'ਤੇ ਔਰ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਮੈਂ ਨਵਾਂ ਵਲੋਗ ਲੈ ਕੇ ਆਈ ਹਾਂ ਔਰ ਨਵੇਂ ਵਲੋਗ ਦੇ ਵਿੱਚ ਆਪਣੀ ਨਵੀਂ ਕਲੈਕਸ਼ਨ ਲੈ ਕੇ ਆਈ ਹਾਂ ਔਰ ਸਾਰੀ ਸਮਰ ਕਲੈਕਸ਼ਨ ਹੈ ਜੋ ਕਿ ਅਸੀਂ ਨਵੇਂ ਸੈਂਪਲ ਰੈਡੀ ਕੀਤੇ ਆ ਔਰ 3 ਤੋਂ 4 ਦਿਨਾਂ ਦੇ ਅੰਦਰ ਤੁਸੀਂ ਉਹਨਾਂ ਨੂੰ ਆਪਣੇ ਕੋਲ ਰਿਸੀਵ ਕਰ ਸਕਦੇ ਹੋ ਕਿਉਂਕਿ ਇਹ ਸਾਰੇ ਸਾਡੇ ਕੋਲ ਅਵੇਲੇਬਲ ਹੋਣਗੇ ਔਰ ਜਿੰਨੇ ਵੀ ਸੂਟ ਮੈਂ ਸ਼ੇਅਰ ਕਰਾਂਗੀ ਆਲਮੋਸਟ ਮਸਲੀਨ ਕੋਟਨ ਔਰ ਜੋਰਜਟ 'ਤੇ ਹੋਣਗੇ ਔਰ ਫੈਬਰਿਕ ਕੁਆਲਿਟੀ ਐਮਬਰਾਇਡਰੀ ਕੁਆਲਿਟੀ ਅਸੀਂ ਪੂਰੀ ਫਸਟ ਕਲਾਸ ਤੁਹਾਨੂੰ ਪ੍ਰੋਵਾਈਡ ਕਰਾਂਗੇ ਬਾਕੀ ਜ਼ਿਆਦਾ ਟਾਈਮ ਨਾ ਲੈਂਦੇ ਹੋਏ ਜੋ ਅੱਜ ਦਾ ਮੈਂ ਪਹਿਲਾ ਸੂਟ ਲੈ ਕੇ ਆਈ ਹਾਂ ਇਹ ਮੈਂ ਮਸਲੀਨ ਕੋਟਨ 'ਤੇ ਲੈ ਕੇ ਆਈ ਹਾਂ ਔਰ ਬਹੁਤ ਰੀਜ਼ਨੇਬਲ ਪ੍ਰਾਈਸ 'ਚ ਅਸੀਂ ਲੈ ਕੇ ਆਈ ਹਾਂ ਘੇਰੇ ਦਾ ਕੰਮ ਤੁਸੀਂ ਦੇਖ ਸਕਦੇ ਹੋ ਕਿ ਕਿੰਨੀ ਸਫਾਈ ਦੇ ਨਾਲ ਹੈ ਜਿਹੜਾ ਅਸੀਂ ਇਹ ਕੰਮ ਕੀਤਾ ਹੋਇਆ ਔਰ ਘੇਰੇ 'ਤੇ ਵੀ ਕੰਮ ਹੈ ਪਲੱਸ ਇਹਦੀ ਸਲੀਵਸ 'ਤੇ ਵੀ ਅਸੀਂ ਕੰਮ ਕੀਤਾ ਹੋਇਆ ਔਰ ਜਿਹੜਾ ਦੁਪੱਟਾ ਦੁਪੱਟੇ ਦੇ ਉੱਪਰ ਬੂਟੀ ਹੈ ਔਰ ਦੁਪੱਟੇ ਦੇ 4 ਸਾਈਡ ਲੈਸ ਲਗਾਉਂਦੇ ਹੋਏ ਜਿਹੜਾ ਅਸੀਂ ਦੁਪੱਟੇ ਨੂੰ ਫਿਨਿਸ਼ ਕੀਤਾ ਔਰ ਬਹੁਤ ਹੀ ਪਿਆਰਾ ਇਹ ਸੂਟ ਬਣਿਆ ਇਸ ਸੂਟ ਨੂੰ ਆਪਾਂ ਕਿਸੇ ਵੀ ਕਲਰ ਦੇ ਉੱਪਰ ਰੈਡੀ ਕਰ ਸਕਦੇ ਹਾਂ ਇਹਨੂੰ ਆਪਾਂ ਜੋਰਜਟ 'ਤੇ ਵੀ ਰੈਡੀ ਕਰ ਸਕਦੇ ਹਾਂ ਅਗਰ ਦੁਪੱਟਾ ਵੀ ਤੁਸੀਂ ਕੰਟਰਾਸਟ ਦੇ ਵਿੱਚ ਰੈਡੀ ਕਰਾਉਣਾ ਚਾਹੁੰਦੇ ਹੋ ਤਾਂ ਆਪਾਂ ਦੁਪੱਟਾ ਵੀ ਕੰਟਰਾਸਟ ਦੇ ਵਿੱਚ ਰੈਡੀ ਕਰ ਸਕਦੇ ਹਾਂ ਔਰ ਜਿਹੜਾ ਮੈਂ ਅਗਲਾ ਸੂਟ ਲੈ ਕੇ ਆਈ ਹਾਂ ਇਹ ਵੀ ਮੈਂ ਮਸਲੀਨ ਕੋਟਨ 'ਤੇ ਲੈ ਕੇ ਆਈ ਹਾਂ ਨੈਕ ਦੇ ਉੱਪਰ ਅਸੀਂ ਐਮਬਰਾਇਡਰੀ ਕੀਤੀ ਹੋਈ ਹੈ ਬਾਕੀ ਸਾਰਾ ਸੂਟ ਅਸੀਂ ਪਲੇਨ ਰੱਖਿਆ ਔਰ ਸਲੀਵਸ ਦੇ ਉੱਪਰ ਵੀ ਅਸੀਂ ਕੰਮ ਕੀਤਾ ਹੋਇਆ ਜਿੰਨੇ ਵੀ ਸੂਟ ਸ਼ੇਅਰ ਕਰਾਂਗੀ ਸਭ ਦੀਆਂ ਸਲੀਵਸ ਦੇ ਉੱਪਰ ਅਸੀਂ ਕੰਮ ਕੀਤਾ ਹੋਊਗਾ ਕਿਉਂਕਿ ਅਸੀਂ ਹਮੇਸ਼ਾ ਸਲੀਵਸ ਦੇ ਉੱਪਰ ਕੰਮ ਕਰਕੇ ਦਿੰਦੇ ਹਾਂ ਕਿਉਂਕਿ ਜੇ ਸਲੀਵਸ 'ਤੇ ਕੰਮ ਨਹੀਂ ਹੈ ਤਾਂ ਉਹਦੇ ਬਿਨਾਂ ਤਾਂ ਸੂਟ ਵੈਸੇ ਹੀ ਅਧੂਰਾ ਹੁੰਦਾ ਔਰ ਤੁਸੀਂ ਕੰਮ ਦੀ ਸਫਾਈ ਤੁਸੀਂ ਦੇਖ ਸਕਦੇ ਹੋ ਔਰ ਇਹ ਵਾਲਾ ਫੈਬਰਿਕ ਇਹ ਵੀ ਮਸਲੀਨ ਕੋਟਨ ਦਾ ਲਾਈਨਸ ਵਾਲਾ ਫੈਬਰਿਕ ਔਰ ਬਹੁਤ ਹੀ ਪਿਆਰਾ ਕੰਮ ਇਹਦੇ ਉੱਤੇ ਅਸੀਂ ਕੀਤਾ ਬਹੁਤ ਸਫਾਈ ਦੇ ਨਾਲ ਕੰਮ ਕੀਤਾ ਹੋਇਆ ਦੁਪੱਟਾ ਵੀ ਮਸਲੀਨ ਕੋਟਨ 'ਤੇ ਦੁਪੱਟੇ ਦੇ ਉੱਪਰ ਬੂਟੀ ਹੈ ਔਰ ਦੁਪੱਟੇ 'ਤੇ ਲੈਸ ਲਗਾਉਂਦੇ ਹੋਏ ਦੁਪੱਟੇ ਨੂੰ ਫਿਨਿਸ਼ਡ ਕੀਤਾ ਇਸ ਨੂੰ ਆਪਾਂ ਕਿਸੇ ਵੀ ਕਲਰ ਔਰ ਕਿਸੇ ਵੀ ਫੈਬਰਿਕ ਦੇ ਉੱਪਰ ਰੈਡੀ ਕਰ ਸਕਦੇ ਹਾਂ ਅਗਰ ਤੁਸੀਂ ਇਸ ਨੂੰ ਹੋਰ ਵੀ ਹੈਵੀ ਕਰਾਉਣਾ ਚਾਹੁੰਦੇ ਹੋ ਜੋ ਦੁਪੱਟੇ ਦੇ ਵਿੱਚ ਬੂਟੀ ਹੈ ਉਹ ਬੂਟੀ ਹੈ ਜਿਹੜੀ ਆਪਾਂ ਵਿਰਲੀ ਵਿਰਲੀ ਸ਼ਰਟ ਦੇ ਵਿੱਚ ਵੀ ਦੇ ਸਕਦੇ ਹਾਂ ਬਾਕੀ ਨੈਕ ਤਾਂ ਤੁਸੀਂ ਇਹ ਜਿਹੜਾ ਉਹ ਦੇਖ ਹੀ ਲਿਆ ਔਰ ਜਿਹੜਾ ਮੈਂ ਇਹ ਸੂਟ ਲੈ ਕੇ ਆਈ ਹਾਂ ਵੀ ਮੈਂ ਮਸਲੀਨ ਕੋਟਨ 'ਤੇ ਲੈ ਕੇ ਆਈ ਹਾਂ ਔਰ ਬਹੁਤ ਹੀ ਸੋਹਣਾ ਇਹ ਡਿਜ਼ਾਈਨ ਆ ਬਹੁਤ ਸੋਹਣਾ ਕਲਰ ਕੰਟਰਾਸਟ ਰੱਖਿਆ ਹੋਇਆ ਬੇਸ ਕਲਰ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਇਹਦੇ ਨੈਕ ਦੇ ਉੱਪਰ ਵੀ ਹੈ ਜਿਹੜਾ ਅਸੀਂ ਵਰਕ ਕੀਤਾ ਹੋਇਆ ਔਰ ਇਹਦੀਆਂ ਸਲੀਵਸ ਦੇ ਉੱਪਰ ਵੀ ਵਰਕ ਕੀਤਾ ਹੋਇਆ ਇਹਦਾ ਦੁਪੱਟਾ ਵੀ ਬਹੁਤ ਪਿਆਰਾ ਬਣਿਆ ਹੋਇਆ ਮੈਂ ਫਿਰ ਵੀ ਇੱਕ ਵਾਰ ਤੁਹਾਨੂੰ ਇਹ ਸੂਟ ਖੋਲ੍ਹ ਕੇ ਦਿਖਾ ਦਿੰਦੀ ਹਾਂ ਤਾਂ ਜੋ ਤੁਹਾਨੂੰ ਪਤਾ ਚੱਲ ਸਕੇ ਕਿ ਕਿਸ ਤਰੀਕੇ ਦੇ ਨਾਲ ਇਹ ਸੂਟ ਰੈਡੀ ਕੀਤਾ ਹੋਇਆ ਇਹ ਅਸੀਂ ਨੈਕ ਰੈਡੀ ਕੀਤਾ ਹੋਇਆ ਔਰ ਇਹ ਅਸੀਂ ਘੇਰਾ ਰੈਡੀ ਕੀਤਾ ਹੋਇਆ ਬਹੁਤ ਸੋਹਣਾ ਇਹ ਸੂਟ ਬਣਿਆ ਬਹੁਤ ਹੀ ਜ਼ਿਆਦਾ ਪਿਆਰਾ ਇਹ ਸੂਟ ਬਣਿਆ ਔਰ ਇਹਦੀ ਸਲੀਵਸ ਦੇ ਉੱਪਰ ਵੀ ਕੰਮ ਕੀਤਾ ਹੋਇਆ ਬਹੁਤ ਪਿਆਰਾ ਇਹ ਸੂਟ ਅਸੀਂ ਰੈਡੀ ਕੀਤਾ ਹੋਇਆ ਔਰ ਇਸ ਨੂੰ ਵੀ ਆਪਾਂ ਕਿਸੇ ਵੀ ਕਲਰ ਦੇ ਉੱਪਰ ਰੈਡੀ ਕਰ ਸਕਦੇ ਹਾਂ ਤਾਂ ਦੁਪੱਟਾ ਵੀ ਅਸੀਂ ਬਹੁਤ ਸੋਹਣਾ ਰੈਡੀ ਕੀਤਾ ਹੋਇਆ ਦੁਪੱਟੇ ਦੇ ਉੱਪਰ ਵੀ ਆਲਮੋਸਟ ਸਾਰਾ ਕੰਮ ਅਸੀਂ ਕੀਤਾ ਹੋਇਆ ਲਾਈਨਸ ਬਣਾਈਆਂ ਹੋਈਆਂ ਦੁਪੱਟੇ ਦੇ ਉੱਪਰ ਔਰ ਕੋਰਨਰ ਦੇ ਵਿੱਚ ਜਿਹੜਾ ਅਸੀਂ ਬੂਟੇ ਦਿੱਤੇ ਹੋਏ ਆ 4 ਸਾਈਡ ਸਕੈਲਪਿੰਗ ਕਰਦੇ ਹੋਏ ਜਿਹੜਾ ਦੁਪੱਟੇ ਨੂੰ ਅਸੀਂ ਫਿਨਿਸ਼ਡ ਕੀਤਾ ਔਰ ਬਹੁਤ ਪਿਆਰਾ ਇਹ ਦੁਪੱਟਾ ਇਹ ਵੀ ਮਸਲੀਨ ਕੋਟਨ 'ਤੇ ਆ ਬਹੁਤ ਹੀ ਆਰਾਮ ਦੇ ਨਾਲ ਆਪਾਂ ਇਹਨੂੰ ਉੱਪਰ ਗਰਮੀ ਦੇ ਵਿੱਚ ਕਿਸੇ ਵੀ ਤਰੀਕੇ ਨਾਲ ਉੱਪਰ ਲੈ ਸਕਦੇ ਹਾਂ ਬਹੁਤ ਸੌਫਟ ਫੈਬਰਿਕ ਹੈ ਇਹ ਔਰ ਜਿਹੜਾ ਮੈਂ ਇਹ ਸੂਟ ਸ਼ੇਅਰ ਕਰ ਰਹੀ ਹਾਂ ਇਹ ਨੈਚੁਰਲ ਜੋਰਜਟ 'ਤੇ ਆ ਔਰ ਇਹ ਅਸੀਂ ਆਰੀ ਔਰ ਪਫ ਵਰਕ ਕੀਤਾ ਹੋਇਆ ਕਲਰ ਕੰਟਰਾਸਟ ਦੇਖੋ ਤੁਸੀਂ ਕਿੰਨਾ ਪਿਆਰਾ ਔਰ ਕਿੰਨੀ ਸਫਾਈ ਦੇ ਨਾਲ ਅਸੀਂ ਇਹ ਕੰਮ ਕੀਤਾ ਹੋਇਆ ਇਹਦੇ ਦੁਪੱਟੇ ਦੇ ਉੱਪਰ ਵੀ ਲਾਈਨਸ ਬਣੀਆਂ ਜਿਵੇਂ ਕਿ ਪਿਛਲੇ ਸੂਟ ਦੇ ਉੱਪਰ ਦੁਪੱਟੇ ਦੇ ਉੱਪਰ ਅਸੀਂ ਲਾਈਨਸ ਬਣਾਈਆਂ ਸੀ ਪਲੱਸ ਜਿਵੇਂ ਦੀ ਸ਼ਰਟ ਦੇ ਉੱਪਰ ਬੂਟੀ ਹੈ ਉਸੇ ਤਰੀਕੇ ਦੀ ਬੂਟੀ ਹੈ ਜਿਹੜੀ ਅਸੀਂ ਦੁਪੱਟੇ ਦੇ ਉੱਪਰ ਦਿੱਤੀ ਹੋਈ ਹੈ ਇਸ ਡਿਜ਼ਾਈਨ ਨੂੰ ਆਪਾਂ ਮਸਲੀਨ ਕੋਟਨ ਦੇ ਉੱਪਰ ਵੀ ਰੈਡੀ ਕਰ ਸਕਦੇ ਹਾਂ ਪੂਰੀ ਬੂਟੀ ਅਸੀਂ ਸ਼ਰਟ ਦੇ ਉੱਪਰ ਦਿੱਤੀ ਹੋਈ ਹੈ ਪਲੱਸ ਇਹ ਵਾਲੀਆਂ ਜੋ ਸਾਈਡ 'ਤੇ ਤੁਸੀਂ ਵੇਲਸ ਲਾਈਨਸ ਦੇਖ ਰਹੇ ਹੋ ਵੀ ਅਸੀਂ ਲੈਫਟ ਔਰ ਰਾਈਟ ਸਾਈਡ ਦਿੱਤੀ ਹੋਈ ਹੈ ਰਿੰਗ 'ਤੇ ਘੇਰੇ 'ਤੇ ਵੀ ਅਸੀਂ ਸਕੈਲਪਿੰਗ ਕੀਤੀ ਹੋਈ ਹੈ ਦੁਪੱਟਾ ਮੈਂ ਇਹਦਾ ਤੁਹਾਡੇ ਨਾਲ ਸ਼ੇਅਰ ਕਰ ਹੀ ਚੁੱਕੀ ਹਾਂ ਔਰ ਇਸ ਨੂੰ ਵੀ ਆਪਾਂ ਕਿਸੇ ਵੀ ਕਲਰ ਦੇ ਉੱਪਰ ਜਿਹੜਾ ਰੈਡੀ ਕਰ ਸਕਦੇ ਹਾਂ ਔਰ ਇਹ ਵਾਲਾ ਸੂਟ ਇਹ ਵੀ ਅਸੀਂ ਬਹੁਤ ਰੀਜ਼ਨੇਬਲ ਪ੍ਰਾਈਸ 'ਤੇ ਲੈ ਕੇ ਆਏ ਹਾਂ ਨੈਚੁਰਲ ਜੋਰਜਟ 'ਤੇ ਆ ਟਾਈ ਐਂਡ ਡਾਈ ਦੇ ਵਿੱਚ ਆ ਜਿਸ ਤਰੀਕੇ ਨਾਲ ਸ਼ਰਟ ਟਾਈ ਐਂਡ ਡਾਈ 'ਚ ਆ ਉਸੇ ਤਰੀਕੇ ਨਾਲ ਦੁਪੱਟਾ ਵੀ ਅਸੀਂ ਟਾਈ ਐਂਡ ਡਾਈ ਦੇ ਵਿੱਚ ਰੱਖਿਆ ਹੋਇਆ ਔਰ ਦੁਪੱਟੇ ਦੇ 4 ਸਾਈਡ ਲੈਸ ਲਗਾਈ ਹੋਈ ਹੈ ਬੋਟਮ ਇਹਦੀ ਅਸੀਂ ਪਲੇਨ ਰੱਖੀ ਹੈ ਬੋਟਮ ਦੇ ਉੱਪਰ ਅਸੀਂ ਆਰੀ ਵਰਕ ਕੀਤਾ ਹੋਇਆ ਔਰ ਹਲਕੀ ਜਿਹੀ ਬੋਟਮ ਰੈਡੀ ਕੀਤੀ ਹੋਈ ਹੈ ਅਗਰ ਤੁਸੀਂ ਸ਼ਰਟ 'ਤੇ ਹੋਰ ਵੀ ਕੰਮ ਐਡ ਕਰਾਉਣਾ ਚਾਹੁੰਦੇ ਹੋ ਤਾਂ ਆਪਾਂ ਸ਼ਰਟ 'ਤੇ ਹੋਰ ਵੀ ਐਡ ਕਰ ਸਕਦੇ ਹਾਂ ਬਟ ਅਸੀਂ ਇਹਨੂੰ ਬਹੁਤ ਹੀ ਜੈਨੂਇਨ ਪ੍ਰਾਈਸ ਦੇ ਵਿੱਚ ਔਰ ਬਹੁਤ ਹੀ ਕਲਾਸਿਕ ਸੂਟ ਹੈ ਜਿਹੜੇ ਇਹ ਅਸੀਂ ਰੈਡੀ ਕੀਤੇ ਆ ਔਰ ਬਹੁਤ ਸੋਹਣੇ ਇਹ ਬਣੇ ਆ ਇਹ ਵਾਲੇ ਸੂਟ ਇੱਦਾਂ ਦੇ ਟਾਈ ਐਂਡ ਡਾਈ ਦੇ ਵਿੱਚ ਸਲਵਾਰ 'ਤੇ ਕੰਮ ਕਰਦੇ ਹੋਏ ਆਪਾਂ ਮਸਲੀਨ ਕੋਟਨ 'ਤੇ ਵੀ ਰੈਡੀ ਕਰ ਸਕਦੇ ਹਾਂ ਔਰ ਜਿਹੜਾ ਮੈਂ ਇਹ ਸੂਟ ਲੈ ਕੇ ਆਈ ਹਾਂ ਇਹ ਵੀ ਨੈਚੁਰਲ ਜੋਰਜਟ 'ਤੇ ਅਸੀਂ ਰੈਡੀ ਕੀਤਾ ਹੈ ਲਾਈਟ ਬੇਸ ਰੱਖਦੇ ਹੋਏ ਵਾਈਟ ਕਲਰ ਦਾ ਉੱਪਰ ਡਾਰਕ ਕਲਰ ਅਸੀਂ ਜਿਹੜੇ ਐਡ ਕਰਦੇ ਹੋਏ
बहुत ही ग्रेसफुल ना असी शर्ट नू रेडी कीता है। और जिहड़ी इहदी बॉटम है वह सिंगल कलर दे विच असी ऐड कीती हुई है, वह भी नैचुरल जॉर्जेट आ। और तुसी कम दी सफाई देख सकते हो कि सफाई दे नाल है, जिहड़ा असी सलवार दा पोंचा ऐड कीता होया, बहुत सोहना असी कम कीता। जो कलर असी शर्ट दे विच दित्ते आ उही वाले कलर है जिहड़े असी थ्रैड दे सलवार दे विच ऐड कीते आ। और जिहड़ा इहदा दुपट्टा है उहदे विच असी बूटी दित्ती है सिंगल कलर तो रखते हुए, और फोर साइड लैस लगाते हुए दुपट्टे को असी फिनिश किया है। और बहुत प्यारा ये सूट बनया हुआ है, इसमें तुसी सिंगल भी रख सकते हो शर्ट को, जिमें सलवार के पौचों पर काम किया उही वाला काम आप घेरे और स्लीव से कर सकते हैं सिंगल कलर के रखते हुए। और यह मेरा अज का ब्लॉग, अगर अज के ब्लॉग तुहानू कोई भी सूट चंगा लगता तुसी उसका स्क्रीनशॉट लेंदे हुए व्हाट्सएप से या इंस्टाग्राम से शेयर करते हो, डिटेल्स पता कर सकते हो। व्हाट्सएप नंबर प्लस इंस्टाग्राम आईडी ऑलरेडी असी स्क्रीन के उपर मैनशन की हुई है। तो हुण असी तुहानू मिलांगे अपने अगले ब्लॉग के कुछ नवी कलैक्शन के नाल। ये ब्लॉग बनाते हुए अगर मेरे तो कोई गलती हुई हो मैनू माफ़ करना।